ਅੱਜ ਅਸੀਂ ਤੁਹਾਨੂੰ ਪੰਜਾਬੀ ਇੰਡਸਟਰੀ ਦੀ ਉਸ ਅਦਾਕਾਰਾ ਦੀ ਜਰਨੀ ਬਾਰੇ ਦੱਸਾਂਗੇ ਜਿਸ ਨੇ ਆਪਣੇ ਦਮ ਤੇ ਨਾ ਸਿਰਫ ਆਪਣੇ ਸੁਪਨੇ ਪੂਰੇ ਕੀਤੇ ਸਗੋਂ ਉਸਦੀ ਕਾਮਯਾਬੀ ਕਈ ਕੁੜੀਆਂ ਲਈ ਚਾਨਣ ਮੁਨਾਰਾ ਸਾਬਿਤ ਹੋਈ। ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਇੰਡਸਟਰੀ ਦੀ ਕੁਈਨ ਨੀਰੂ ਬਾਜਵਾ ਦੀ। ਕੈਨੇਡਾ ਦੇ ਸਰੀ ਦੀ ਜੰਪਲ ਨੀਰੂ ਬਾਜਵਾ ਦਾ ਪੂਰਾ ਨਾਂ ਅਰਸ਼ਵੀਰ ਨੀਰੂ ਬਾਜਵਾ। ਬਚਪਨ ਤੋਂ ਹੀ ਫਿਲਮਾਂ ਦੇਖਣ ਦੀ ਸ਼ੌਕੀਨ ਇਸ ਕੁੜੀ ਦੀ ਪੜ੍ਹਾਈ ਵਿੱਚ ਬਿਲਕੁਲ ਦਿਲਚਸਪੀ ਨਹੀਂ ਸੀ। ਅੱਖਾਂ ਚੋਂ ਇੱਕ ਹੀ ਸੁਪਨਾ ਸੀ, ਮੁੰਬਈ ਜਾ ਕੇ ਫਿਲਮਾਂ 'ਚ ਕੰਮ ਕਰਨਾ। ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਨੀਰੂ ਰੋਜ਼ਾਨਾ 3 ਫਿਲਮਾਂ ਦੇਖਦੀ ਸੀ। ਸਾਲ 1998 'ਚ 15 ਸਾਲ ਦੀ ਇਸ ਕੁੜੀ ਨੇ ਮੈਂ 16 ਵਰਸ਼ ਕੀ ਫਿਲਮ ਰਾਹੀਂ ਬਾਲੀਵੁੱਡ ਦੇ ਨਾਮੀ ਅਦਾਕਾਰ ਦੇਵ ਆਨੰਦ ਨਾਲ ਕੰਮ ਕੀਤਾ। ਅਖੀਰ ਨੀਰੂ ਨੇ ਕੈਨੇਡਾ ਤੋਂ ਮੁੰਬਈ ਆਉਣ ਦਾ ਫੈਸਲਾ ਲਿਆ, ਪਰ ਆਸ ਪਾਸ ਦੇ ਲੋਕਾਂ ਤੇ ਰਿਸ਼ਤੇਦਾਰਾਂ ਨੇ ਨੀਰੂ ਖਿਲਾਫ ਬਹੁਤ ਕੁਝ ਬੋਲਿਆ ਤੇ ਉਸਦੇ ਫੈਸਲੇ ਦਾ ਵਿਰੋਧ ਕੀਤਾ। ਪਰ ਨੀਰੂ ਦੇ ਪਿਤਾ ਜੀ ਨੇ ਆਪਣੀ ਧੀ ਤੇ ਵਿਸ਼ਵਾਸ ਕੀਤਾ ਤੇ ਨੀਰੂ ਆਪਣੀ ਮਾਤਾ ਜੀ ਨਾਲ ਮੁੰਬਈ ਆ ਗਈ। ਬਾਲੀਵੁੱਡ ਨਗਰੀ 'ਚ ਨੀਰੂ ਨੇ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ, ਪਰ ਨੀਰੂ ਨੂੰ ਸਭ ਤੋਂ ਪਹਿਲੀ ਕਾਮਯਾਬੀ ਪੰਜਾਬੀ ਇੰਡਸਟਰੀ ਨੇ ਹੀ ਦਿੱਤੀ। ਨੀਰੂ ਨੂੰ ਕਮਲ ਹੀਰ ਦੇ ਗੀਤ ਕੈਂਠੇ ਵਾਲਾ 'ਚ ਕੰਮ ਕਰਨ ਦਾ ਮੌਕਾ ਮਿਲਿਆ ਤੇ ਇਸ ਗੀਤ 'ਚ ਕੰਮ ਬਦਲੇ ਨੀਰੂ ਨੂੰ 3,000 ਰੁਪਏ ਮਿਲੇ ਸਨ। ਪਹਿਲਾ ਤਜਰਬਾ ਹੋਣ ਕਰਕੇ ਪੈਸੇ ਭਾਵੇਂ ਘੱਟ ਮਿਲੇ ਸਨ, ਪਰ ਉਸ ਗੀਤ ਰਾਹੀਂ ਨੀਰੂ ਦਾ ਚਿਹਰਾ ਘਰ ਘਰ ਪਹੁੰਚ ਗਿਆ ਸੀ। ਇਸ ਤੋਂ ਬਾਅਦ ਬਾਲੀਵੁੱਡ 'ਚ ਤਕਰੀਬਨ 1 ਸਾਲ ਨੀਰੂ ਮਿਹਨਤ ਕਰਦੀ ਰਹੀ, ਪਰ ਉਸਦੇ ਹੱਥ ਕੁਝ ਪ੍ਰੋਜੈਕਟ ਨਹੀਂ ਲੱਗੇ। ਅਖੀਰ ਉਸਨੇ ਵਾਪਸ ਕੈਨੇਡਾ ਜਾਣ ਦਾ ਫੈਸਲਾ ਲਿਆ। ਕੈਨੇਡਾ ਜਾਣ ਤੋਂ ਸਿਰਫ 2 ਦਿਨ ਪਹਿਲਾਂ ਇੱਕ ਪ੍ਰੋਡਕਸ਼ਨ ਵੱਲੋਂ ਕਾਲ ਆਈ ਤੇ ਫਿਰ ਨੀਰੂ ਨੇ ਅਸਤਿਤਵ ਇੱਕ ਪ੍ਰੇਮ ਕਹਾਣੀ ਸੀਰੀਅਲ 'ਚ ਕੰਮ ਕੀਤਾ। ਪਰ ਨੀਰੂ ਦਾ ਸੁਪਨਾ ਅਜੇ ਵੀ ਪੂਰਾ ਨਹੀਂ ਹੋਇਆ, ਕਿਉਂਕਿ ਨੀਰੂ ਟੀਵੀ ਨਹੀਂ ਸਿਨੇਮਾ ਕਰਨਾ ਚਾਹੁੰਦੀ ਸੀ। ਸਾਲ 2004 'ਚ ਡਾਇਰੈਕਟਰ ਮਨਮੋਹਨ ਸਿੰਘ ਨੇ ਨੀਰੂ ਨੂੰ ਇੱਕ ਪੰਜਾਬੀ ਫਿਲਮ ਆਫਰ ਕੀਤੀ ਜਿਸ ਦਾ ਨਾਮ ਸੀ ਅਸਾਂ ਨੂੰ ਮਾਣ ਵਤਨਾਂ ਦਾ। ਇਸ ਫਿਲਮ ਤੋਂ ਹੀ ਨੀਰੂ ਨੇ ਪੰਜਾਬੀ ਇੰਡਸਟਰੀ 'ਚ ਆਪਣਾ ਪਹਿਲਾ ਕਦਮ ਰੱਖਿਆ। ਇਸ ਤੋਂ ਬਾਅਦ ਨੀਰੂ ਨੇ ਕਈ ਪੰਜਾਬੀ ਫਿਲਮਾਂ ਜਿਵੇਂ ਕਿ ਦਿਲ ਆਪਣਾ ਪੰਜਾਬੀ, ਮੁੰਡੇ UK ਦੇ, ਹੀਰ ਰਾਂਝਾ, ਮੇਲ ਕਰਾ ਦੇ ਰੱਬਾ ਵਰਗੀਆਂ ਫਿਲਮਾਂ 'ਚ ਕੰਮ ਕੀਤਾ। ਪੰਜਾਬੀ ਫਿਲਮਾਂ 'ਚ ਕੰਮ ਕਰਦਿਆਂ ਦੇਖ ਨੀਰੂ ਨੂੰ ਬਾਲੀਵੁੱਡ 'ਚ ਫਿਲਮਾਂ ਆਫਰ ਹੋਈਆਂ, ਪਰ ਪੰਜਾਬੀ ਦਰਸ਼ਕਾਂ ਦਾ ਪਿਆਰ ਨੀਰੂ ਨੂੰ ਮੁੜ ਪੰਜਾਬ ਖਿੱਚ ਲਿਆਇਆ ਤੇ ਇਸ ਤੋਂ ਬਾਅਦ ਨੀਰੂ ਨੇ ਇੱਕ ਤੋਂ ਬਾਅਦ ਇੱਕ ਹਿੱਟ ਪੰਜਾਬੀ ਫਿਲਮ ਇੰਡਸਟਰੀ ਦੀ ਝੋਲੀ ਪਾਈ। ਸਾਲ 2015 'ਚ ਬਾਲੀਵੁੱਡ ਦੀ ਇਸ ਕੁਈਨ ਨੂੰ ਆਪਣਾ ਕਿੰਗ ਮਿਲਿਆ ਅਤੇ ਹੈਰੀ ਜਵੰਦਾ ਨਾਲ ਨੀਰੂ ਨੇ ਵਿਆਹ ਕਰਵਾਇਆ। ਨੀਰੂ ਦੇ ਘਰ 3 ਧੀਆਂ ਨੇ ਜਨਮ ਲਿਆ ਤੇ ਮਾਂ ਬਣਨ ਤੋਂ ਬਾਅਦ ਅੱਜ ਵੀ ਪੂਰੀ ਇੰਡਸਟਰੀ 'ਚ ਨੀਰੂ ਬਾਜਵਾ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ। ਇਸ ਦਾ ਸਬੂਤ ਹੈ ਲੌਂਗ ਲਾਚੀ ਗੀਤ 'ਚ ਨੀਰੂ ਦੀਆਂ ਅਦਾਵਾਂ ਤੇ ਠੁਮਕਿਆਂ ਨੂੰ ਦਰਸ਼ਕਾਂ ਨੇ ਇੰਨਾ ਪਸੰਦ ਕੀਤਾ ਕਿ ਇਹ ਵੀਡੀਓ ਭਾਰਤ ਦੀ ਸਭ ਤੋਂ ਵੱਧ ਦੇਖੀ ਜਾਣ ਵਾਲੀ ਵੀਡੀਓ ਬਣ ਗਈ। ਅਸੀਂ ਦੁਆ ਕਰਦੇ ਹਾਂ ਕਿ ਨੀਰੂ ਬਾਜਵਾ ਆਪਣੇ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਦਰਸ਼ਕਾਂ ਦੇ ਦਿਲਾਂ ਤੇ ਹਮੇਸ਼ਾ ਕੁਈਨ ਬਣ ਕੇ ਛਾਈ ਰਹੇ। ਤੁਹਾਨੂੰ ਇਹ ਸਾਡੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਦੱਸੋ ਤੇ ਅਜਿਹੀਆਂ ਹੋਰ ਵੀਡੀਓਜ਼ ਦੇਖਣ ਲਈ ਪੰਜਾਬੀ ਬਾਲੀਵੁੱਡ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਡੀ ਵੀਡੀਓ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਬਟਨ ਦਬਾਓ।